ਫਰੈਂਡਸ ਅੱਜ ਆਪਣਾ ਸੈਕਿੰਡ ਐਪੀਸੋਡ ਮੇਰੀਆਂ ਕਵਿਤਾਵਾਂ ਦਾ ਸ਼ਾਮ ਦਾ ਵੇਲਾ ਆ ਬਾਹਰ ਬੈਠੀ ਹਾਂ ਹੋ ਸਕਦਾ ਥੋੜ੍ਹੀ ਬਹੁਤ ਆਵਾਜ਼ ਦੇ ਨਾਲ ਮੇਰੀ ਆਵਾਜ਼ ਦੇ ਨਾਲ ਨਾਲ ਤੁਹਾਨੂੰ ਬਾਹਰ ਦੀ ਆਵਾਜ਼ ਵੀ ਸੁਣੇ ਕਵਿਤਾ 20/1/2017 ਕੀ ਸੱਚ ਨਹੀਂ ਲੱਗਦਾ ਮੈਨੂੰ ਤੂੰ ਜੀਏਗਾ ਨਾਲ ਮੇਰੇ ਤੂੰ ਹੀ ਕਿਹਾ ਹੈ ਪਰ ਤੇਰੀਆਂ ਅੱਖਾਂ ਕੁਝ ਝੱਕਦੀਆਂ ਸੀ ਤੇਰੇ ਬੁੱਲ ਵੀ ਕੰਬੇ ਸੀ ਨਹੀਂ ਤੂੰ ਸੱਚ ਨਹੀਂ ਸੀ ਕਿਹਾ ਬਸ ਕਰ ਝੂਠ ਨਾ ਬੋਲਿਆ ਕਰ ਪਤਾ ਲੱਗ ਜਾਂਦਾ ਮੈਨੂੰ ਐਵੇਂ ਆਸ ਨਾ ਦਿਆ ਕਰ ਫਿਰ ਧੱਕਾ ਲੱਗ ਜਾਂਦਾ ਤੈਨੂੰ ਟੁੱਟੇ ਸੁਪਨਿਆਂ ਨਾਲ ਜੀਣਾ ਬੜਾ ਔਖਾ ਹੈ ਮੁਸ਼ਕਲ ਬਹੁਤ ਹੁੰਦੀ ਹੈ ਪਰ ਹੁਣ ਮੈਂ ਸਿੱਖ ਲਿਆ ਹੈ ਅਧੂਰੇ ਰਹਿ ਜੀਣ ਦਾ ਹੁਨਰ ਕਿਉਂਕਿ ਪੂਰਨ ਹੋਣਾ ਤਪ ਦਾ ਕੰਮ ਹੈ ਅਤੇ ਮੈਂ ਜੋਗਣ ਬਣ ਗਲੀਆਂ ਦੀ ਧੂੜ ਨਹੀਂ ਫੱਕਣੀ ਇਸ ਲਈ ਨਾ ਬੋਲਿਆ ਕਰ ਝੂਠ ਤੈਨੂੰ ਬੋਲਣਾ ਨਹੀਂ ਆਉਂਦਾ ਅਤੇ ਮੈਨੂੰ ਸੁਣ ਕੇ ਅਣਸੁਣਾ ਕਰਨਾ ਵੀ ਨਹੀਂ ਪਰ ਅਜੀਬ ਹੈ ਸੱਚ ਕਹਿਣ ਸੁਣਨ ਦਾ ਮਾਦਾ ਵੀ ਨਹੀਂ ਰੱਖਦੇ ਹੁਣ ਅਸੀਂ ਦੋਨੋਂ ਦੂਸਰੀ ਕਵਿਤਾ 22/1/2017 ਤੂੰ ਕਿਉਂ ਹੈ ਜ਼ਿੰਦਗੀ ਵਿੱਚ ਨਾ ਹੋ ਕੇ ਵੀ ਤੇਰੀ ਹੋਂਦ ਤੇਰੀ ਲੋੜ ਬਹੁਤ ਖਟਕਦੀ ਹੈ ਕਿਉਂ ਤੂੰ ਹਰ ਵੇਲੇ ਚੇਤੇ ਵਿੱਚ ਰਹਿਣਾ ਹੈ ਯਾਦਾਂ ਦੀਆਂ ਪੈੜਾਂ ਹਰ ਰਾਤ ਨਿਸ਼ਾਨ ਪਾਉਂਦੀਆਂ ਤੰਗ ਕਰਦੀਆਂ ਮੇਰੇ ਦਿਲ ਨੂੰ ਤੜਪਾਉਂਦੀਆਂ ਖੌਰੂ ਪਾਉਂਦੀਆਂ ਨੇ ਦਿਲ ਦੇ ਵਿਹੜੇ ਵਿੱਚ ਚਿੱਤ ਖੜਦਾ ਹੀ ਨਹੀਂ ਜੀ ਲੱਗਦਾ ਹੀ ਨਹੀਂ ਸਾਹ ਗਰਮ ਹੁੰਦੇ ਹੈ ਪਰ ਇੱਕ ਠਰਨ ਨਾਲ ਕੋਸੇ 'ਤੇ ਸਹਿਮ ਕੇ ਬੰਦ ਹੋਣ ਦੀ ਦੁਹਾਈ ਪਾਉਂਦੇ ਹੈ ਜਿਸਮ ਕੰਬਦਾ ਹੈ ਪਰ ਸਹਿਜ ਕਰ ਕੋਈ ਹਰਕਤ ਕੀਤੇ ਬਿਨਾਂ ਲਾਸ਼ ਬਣ ਜਾਣ ਲਈ ਤੜਪ ਜਾਂਦਾ ਹੈ ਇੱਕ ਸੁਪਨੇ ਨੇ ਬਚਾ ਰੱਖਿਆ ਇਹਨਾਂ ਅੱਖੀਆਂ ਨੂੰ ਮੇਰੇ ਸਾਹਾਂ ਨੂੰ ਦਿਲ ਦੀ ਧੜਕਣ ਨੂੰ ਇਸ ਹਯਾਤੀ ਨੂੰ ਅਤੇ ਤੈਨੂੰ ਥੈਂਕ ਯੂ ਦੋਸਤੋ ਕੱਲ੍ਹ ਫਿਰ ਮਿਲਾਂਗੇ